tense. Bachiyo, ena chitra nu dekho ate vakkan nu padho te samjho. Main svere 5 baje uthya si. Hun main school layi tyar ho reha haan. Tyar hoke main school javanga. ਇਹਨਾਂ ਵਾਕਾਂ ਵਿੱਚ ਕਿਰਿਆ ਦੇ ਹੋਣ ਦੇ ਸਮੇਂ ਦੀ ਜਾਣਕਾਰੀ ਮਿਲ ਰਹੀ ਹੈ ਜਿਵੇਂ ਉੱਠਿਆ ਸੀ ਤਿਆਰ ਹੋ ਰਿਹਾ ਹਾਂ ਅਤੇ ਜਾਵਾਂਗਾ ਇਹ ਤਿੰਨੋਂ ਕਿਰਿਆਵਾਂ ਅਲੱਗ-ਅਲੱਗ ਸਮੇਂ ਨੂੰ ਦਰਸਾ ਰਹੀਆਂ ਹਨ ਕਾਲ ਤੋਂ ਭਾਵ ਹੈ ਸਮਾਂ ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ ਉਹਨਾਂ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ਬੱਚਿਓ ਆਓ ਹੁਣ ਕਾਲ ਦੀਆਂ ਕਿਸਮਾਂ ਬਾਰੇ ਪੜ੍ਹਦੇ ਹਾਂ ਕਾਲ ਤਿੰਨ ਕਿਸਮ ਦਾ ਹੁੰਦਾ ਹੈ ਕਾਲ ਭੂਤਕਾਲ ਵਰਤਮਾਨ ਕਾਲ ਭਵਿੱਖਤ ਕਾਲ ਪਹਿਲੀ ਹੈ ਭੂਤਕਾਲ ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ ਜਿਵੇਂ ਦਾਦੀ ਜੀ ਨੇ ਪੂਜਾ ਕੀਤੀ ਪਿਤਾ ਜੀ ਨੇ ਅਖਬਾਰ ਪੜ੍ਹੀ ਲੜਕੇ ਪੜ੍ਹਦੇ ਹਨ ਇਹਨਾਂ ਵਾਕਾਂ ਵਿੱਚ ਪੂਜਾ ਕੀਤੀ ਅਖਬਾਰ ਪੜ੍ਹੀ ਪੜ੍ਹਦੇ ਸਨ ਭੂਤਕਾਲ ਦੀਆਂ ਕਿਰਿਆਵਾਂ ਹਨ ਦੂਜੀ ਹੈ ਵਰਤਮਾਨ ਕਾਲ ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇਂ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਜਿਵੇਂ ਬੱਚਾ ਹੱਸਦਾ ਹੈ ਮਾਂ ਸਫਾਈ ਕਰਦੀ ਹੈ ਲੜਕੀ ਪੜ੍ਹਦੀ ਹੈ ਇਹਨਾਂ ਵਾਕਾਂ ਵਿੱਚ ਹੱਸਦਾ ਹੈ ਕਰਦੀ ਹੈ ਪੜ੍ਹਦੀ ਹੈ ਵਰਤਮਾਨ ਕਾਲ ਦੀਆਂ ਕਿਰਿਆਵਾਂ ਹਨ ਤੀਜੀ ਹੈ ਭਵਿੱਖਤ ਕਾਲ ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿੱਖ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ ਜਿਵੇਂ ਅੱਜ ਮੀਂਹ ਪਵੇਗਾ ਅਸੀਂ ਸਰਕਸ ਦੇਖਾਂਗੇ ਮੈਂ ਘਰ ਜਾਵਾਂਗਾ ਇਹਨਾਂ ਵਾਕਾਂ ਵਿੱਚ ਪਵੇਗਾ ਦੇਖਾਂਗੇ ਜਾਵਾਂਗਾ ਭਵਿੱਖਤ ਕਾਲ ਦੀਆਂ ਕਿਰਿਆਵਾਂ ਹਨ ਪਾਠ ਦਾ ਦੁਹਰਾਓ ਕਾਲ ਤੋਂ ਭਾਵ ਹੈ ਸਮਾਂ ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ ਉਹਨਾਂ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ਕਾਲ ਤਿੰਨ ਕਿਸਮਾਂ ਦਾ ਹੁੰਦਾ ਹੈ ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇਂ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿੱਖ ਦਾ ਗਿਆਨ ਕਰਵਾਉਂਦੀ ਹੈ ਉਸ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ